वाहिगुरु जी का खालसा, वाहिगुरु जी की फतेह। दास परमजीत सिंह भट्टी, पिंड टसका, जिला संगरूर, तहसील लहरागागा। हर ऐतवार नूं ते बुधवार नूं पिंड टसके दे विच आपां मरीजां नूं मिलदे आं, जिहड़े छोटियां तों लै के वड्डियां बीमारियां दे नाल कई कई सालां तों जूझ रहे है, ठीक नहीं हो रहे। वो हर ऐतवार ते बुधवार नूं मैनूं मिल के अपने रोगां दा नब्ज़ दिखा के देसी जड़ी बूटियां दे नाल बनियां होईयां दवाइयां दे नाल अपने रोगां दा गरंटी दे नाल इलाज करवा सकते हो। हर ऐतवार नूं ते बुधवार नूं पिंड डसके दे विच सवेरे 7 बजे तो लैके शाम दे 7 बजे तक आपां मरीजां नूं मिलदे हाँ। सो जिहड़ा इह डसका पिंड है, इहदे नेड़े जिहड़े शहर ने, बुढ़लाडा शहर भी नेड़े है, बरेटा शहर भी नेड़े है, ते सुनाम शहर भी नेड़े है, लहरा गागा शहर भी नेड़े है। सो हर ऐतवार ते बुधवार नूं आपां मरीजां नूं मिलदे हाँ। तुसीं मैनूं मिल के अपने रोगां दा गरंटी दे नाल इलाज करवा सकते। साढ़े दवाखाने नूं बदनाम करन वास्ते लत्तां खिच्चण वाले कई तरह के होंदे आ। जदों किसी बंदे दी दुनिया दे विच चढ़ाई होण लगदी आ, विकास होण लगदा, किसी का नाम बनन लगता है ना, लत्तां खिच्चण वाले बदनामी करन वाले पैदा हो जाते हैं, निंदक पैदा हो जाते हैं। उह जिहां तों जरूर आपां सुचेत रहना है, ਇਹੋ ਜਿਹਿਆਂ ਦੀਆਂ ਗੱਲਾਂ ਸੁਣਨ ਦੀ ਕੋਈ ਲੋੜ ਨਹੀਂ ਪੈਂਦੀ। ਸੋ ਹਰ ਐਤਵਾਰ ਅਤੇ ਬੁੱਧਵਾਰ ਆਪਾਂ ਮਰੀਜ਼ਾਂ ਨੂੰ ਮਿਲਦੇ ਹਾਂ, ਤੁਸੀਂ ਮੈਨੂੰ ਮਿਲ ਕੇ ਆਪਣੇ ਰੋਗਾਂ ਦਾ ਗਰੰਟੀ ਨਾਲ ਇਲਾਜ ਕਰਵਾ ਸਕਦੇ ਹੋ। ਅੱਜ ਜਿਸ ਵਿਸ਼ੇ 'ਚ ਮੈਂ ਤੁਹਾਡੇ ਸਾਹਮਣੇ ਆਇਆ ਉਹ ਹੈ ਇਸਤਰੀਆਂ ਦੇ ਨਾਲ ਸੰਬੰਧਿਤ ਰੋਗ ਹੈ, ਭੈਣਾਂ ਦੇ ਨਾਲ, ਬੀਬੀਆਂ ਦੇ ਨਾਲ। ਉਹ ਹੁੰਦਾ ਹੈ ਬੱਚਾ ਹੋਣ ਤੋਂ ਪਹਿਲਾਂ 2 ਮਹੀਨਿਆਂ ਦਾ, 3 ਮਹੀਨਿਆਂ ਦਾ, 4 ਮਹੀਨਿਆਂ ਦਾ ਬੱਚਾ ਜਿਹੜਾ ਉਹ ਡਿੱਗ ਜਾਂਦਾ, ਗਰਭਪਾਤ ਹੋ ਜਾਂਦਾ, ਬੱਚਾ ਜਿਹੜਾ ਉਹ ਨਹੀਂ ਰੁਕਦਾ ਸਰੀਰ 'ਚ, ਗਰਭਪਾਤ ਹੋ ਜਾਂਦਾ ਬੀਬੀਆਂ ਦੇ ਵਿੱਚ, ਬੱਚਾ ਗਿਰ ਜਾਂਦਾ ਆਪਣੇ ਸਮੇਂ ਤੋਂ ਪਹਿਲਾਂ ਹੀ। ਬਹੁਤ ਹੀ ਨਾਮਰਾਦ ਰੋਗ ਹੈ ਜਿਨ੍ਹਾਂ ਨੂੰ ਹੁੰਦਾ ਕਈ ਕਈ ਸਾਲਾਂ ਤੋਂ ਹੋ ਰਿਹਾ, ਠੀਕ ਨਹੀਂ ਹੋ ਰਹੇ, ਉਹਨਾਂ ਵਾਸਤੇ ਅੰਮ੍ਰਿਤ ਨੁਕਤਾ ਮੈਂ ਤੁਹਾਡੀ ਝੋਲੀ 'ਚ ਪਾਉਣ ਲੱਗਿਆ। ਮਹਾਂਪੁਰਸ਼ਾਂ ਦਾ ਦੱਸਿਆ ਹੋਇਆ, ਕਿਉਂਕਿ ਜੋ ਕੁਛ ਮੇਰੇ ਕੋਲ ਮੈਂ ਚਾਹੁੰਦਾ ਤੁਹਾਡੀ ਝੋਲੀ 'ਚ ਸਭ ਕੁਛ ਪੈ ਜਾਏ। ਸੋ ਉਹਨਾਂ ਬੀਬੀਆਂ ਵਾਸਤੇ ਅੰਮ੍ਰਿਤ ਨੁਕਤਾ ਤੁਹਾਡੀ ਝੋਲੀ ਦੇ ਵਿੱਚ ਪਾਉਣ ਵਾਸਤੇ ਮੈਂ ਆਇਆ। ਤੁਸੀਂ ਜਿਹੜੀਆਂ ਚੀਜ਼ਾਂ ਲੈਣੀਆਂ ਪੰਸਾਰੀਆਂ ਤੋਂ ਉਹ ਨੋਟ ਕਰ ਲਓ। ਇਹਦੇ ਵਿੱਚ ਕਸਤੂਰੀ ਹੈ ਜਿਹੜੀ ਉਹ 1 ਗ੍ਰਾਮ ਲੈਣੀ ਹੈ, ਸੋਨਾ ਭਸਮ ਸਵਰਨ ਭਸਮ ਹੈ ਜਿਹੜੀ ਉਹ 1 ਗ੍ਰਾਮ ਲੈਣੀ ਹੈ, ਚਾਂਦੀ ਭਸਮ ਹੈ ਜਿਹੜੀ ਉਹ 1 ਗ੍ਰਾਮ ਲੈਣੀ ਹੈ, ਲੋਹਾ ਭਸਮ ਹੈ ਜਿਹੜੀ ਉਹ 10 ਗ੍ਰਾਮ ਲੈਣੀ ਹੈ, ਤਾਂਬਾ ਭਸਮ ਹੈ ਜਿਹੜੀ ਉਹ 10 ਗ੍ਰਾਮ ਲੈਣੀ ਹੈ, ਮੋਤੀ ਭਸਮ ਹੈ ਜਿਹੜੀ ਉਹ 10 ਗ੍ਰਾਮ ਲੈਣੀ ਹੈ, ਅਤੇ ਇਸੇ ਤਰ੍ਹਾਂ ਹਿੰਗ 50 ਗ੍ਰਾਮ, ਤਵਾ ਸੀਰ 50 ਗ੍ਰਾਮ, ਮਹਿੰਦੀ ਦੇ ਸੁੱਕੇ ਹੋਏ ਪੱਤੇ 50 ਗ੍ਰਾਮ, ਅਤੇ ਮੁੰਡੀ ਬੂਟੀ ਹੈ ਜਿਹੜੀ ਇਹ 50 ਗ੍ਰਾਮ, ਇਸੇ ਤਰ੍ਹਾਂ ਸ਼ਤਾਵਰ 50 ਗ੍ਰਾਮ, ਸਾਲਮ ਪੰਜਾ 50 ਗ੍ਰਾਮ, ਅਤੇ ਬੰਸਲੋਚਨ ਆਂਵਲਾ, ਇੱਕ ਬੰਸਲੋਚਨ ਇੱਕ ਆਂਵਲਾ, ਇਹ ਵੀ 50-50 ਗ੍ਰਾਮ। ਇਹ ਸਾਰੀਆਂ ਚੀਜ਼ਾਂ ਲੈ ਲੈਣੀਆਂ ਨੇ। ਇਹਨਾਂ ਨੂੰ ਚੰਗੀ ਤਰ੍ਹਾਂ ਪੀਸਣ ਵਾਲੀਆਂ ਚੀਜ਼ਾਂ ਨੂੰ ਪੀਸ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ ਭਸਮਾਂ ਦੇ ਵਿੱਚ। ਤੁਸੀਂ 1 ਚਮਚ ਦਵਾਈ ਸਵੇਰੇ ਖਾਲੀ ਪੇਟ 1 ਗਲਾਸ ਦੁੱਧ ਦੇ ਨਾਲ ਲੈਣੀ ਹੈ, 1 ਚਮਚ ਦਵਾਈ ਸ਼ਾਮ ਨੂੰ ਰੋਟੀ ਤੋਂ ਘੰਟਾ ਪਹਿਲਾਂ, 2 ਟਾਈਮ ਦੁੱਧ ਦੇ ਨਾਲ ਇਹ ਦਵਾਈ ਲੈਣੀ ਹੈ। ਤਲੀਆਂ ਅਤੇ ਖੱਟੀਆਂ ਚੀਜ਼ਾਂ ਬੰਦ ਰੱਖਣੀਆਂ ਹੈ। ਮੈਂ ਤੁਹਾਨੂੰ ਦਾਅਵੇ ਨਾਲ, ਗਰੰਟੀ ਨਾਲ ਇਹ ਗੱਲ ਕਹਿ ਸਕਦਾ, ਤੁਸੀਂ ਜਿਸ ਦਿਨ ਤੋਂ ਲੇਡੀਜ਼ ਨੂੰ ਮਹੀਨਾ ਆਉਂਦਾ ਉਸ ਦਿਨ ਤੋਂ ਲੈ ਕੇ ਜਿਸ ਦਿਨ ਤੱਕ ਬੱਚਾ 6 ਮਹੀਨਿਆਂ ਤੱਕ ਦਾ ਗਰਭ ਦੇ ਵਿੱਚ ਨਹੀਂ ਹੁੰਦਾ, ਉਹਨਾਂ 'ਚ ਇਹ ਨੁਸਖਾ ਹਰ ਰੋਜ਼ ਦਿਓ। ਮੈਂ ਦਾਅਵੇ ਨਾਲ ਕਹਿ ਸਕਦਾ ਜਿਹੜਾ ਗਰਭ ਹੈ ਅੰਦਰ ਉਹ ਵੀ ਪੂਰਾ ਮਜ਼ਬੂਤ, ਪੂਰਾ ਤਾਕਤਵਰ ਬੱਚਾ ਹੋਏਗਾ, ਅਤੇ ਜਿਹੜੀ ਪ੍ਰੋਬਲਮ ਹੈ ਗਰਭਪਾਤ ਹੋਣ ਦੀ ਉਹ ਬਿਲਕੁਲ ਜੜ੍ਹ 'ਚੋਂ ਖਤਮ ਹੋ ਜਾਏਗੀ। ਬਾਕੀ ਬੀਬੀਆਂ ਦੇ ਜਿੰਨੇ ਵੀ ਰੋਗ ਨੇ, ਭੈਣਾਂ ਦੇ, ਲੇਡੀਜ਼ ਦੇ, ਇਸਤਰੀਆਂ ਦੇ, ਉਹਨਾਂ ਸਾਰਿਆਂ ਰੋਗਾਂ ਦਾ ਗਰੰਟੀ ਦੇ ਨਾਲ
नब्ज देख के असी पिंड डस्के दे विच इलाज करते हैं हर ऐतवार ते बुधवार। तुसी मैनू मिल के जिन्हें भी भैणां दे बीबियां दे लेडीज दे गुप्त रोग ने उन्हां दा गरंटी नाल तुसी इलाज मेरे तो करवा सकते हो। हर ऐतवार ते बुधवार नूं सवेरे 7 बजे तो लैके शाम दे 7 बजे तक मैं मरीजां नूं मिलदा। तुसी मैनू मिल के अपने रोगों का गरंटी दे नाल इलाज करवा सकते हो। तुहाडा सब दा धन्नवाद जिन्हें भी साडे नाल जुड़े हुए हो। सो वीडियो नूं अगे शेयर कर दिया करो, चैनल नूं सबसक्राइब जरूर कर लिया करो तां जो हर एक वीडियो तुहाडे कोले पहल दे आधार ते पहुँच सके। सो हर ऐतवार ते बुधवार तुसी मिल सकते हो। वाहिगुरु जी का खालसा, वाहिगुरु जी की।